ਮਾਪਿਆਂ ਦਾ ਲਾਡਲਾ ਜਿਹਾ ਪੁੱਤ ਜਿਸਦੀ ਮਹਿਜ ਉਮਰ 18 ਸਾਲ ਦੇ ਕਰੀਬ ਸੀ ਤੇ ਘਰੋਂ ਇਹ ਕਹਿ ਕੇ ਨਿਕਲਿਆ ਕਿ ਮੈਂ ਜਲਦੀ ਵਾਪਸ ਆ ਜਾਵੇਗਾ, ਰੋਟੀ ਪਾਣੀ ਖਾਂਦਾ, ਚੰਗਾ ਭਲਾ ਕਰੋ। ਜਦੋਂ ਬਾਹਰ ਗਿਆ ਤੇ ਮਾਪੇ ਘਰ ਬੈਠੇ ਉਡੀਕਾਂ ਕਰਦੇ ਰਹੇ, ਪੁੱਤੀਆਂ ਰਾਹਾਂ ਤੱਕਦੇ ਰਹੇ, ਪਰ ਪੁੱਤ ਉਹਨਾਂ ਦਾ ਵਾਪਿਸ ਘਰੇ ਨਹੀਂ ਮੁੜਦਾ। ਦਰਅਸਲ ਇੱਕ ਜਗ੍ਹਾ ਤੇ ਇੰਨੀ ਜ਼ਿਆਦਾ ਭੀੜ ਇਕੱਠੀ ਹੋ ਕੇ ਜਦੋਂ ਇਸ ਮੁੰਡੇ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਦੇਖਿਆ ਜਾਂਦਾ ਹੈ ਤੇ ਹਰ ਕੋਈ ਸੁੰਨ ਪੈ ਗਿਆ। ਸੋ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੀ ਭੀੜ ਇੱਕ ਥਾਂ ਤੇ ਖੜੀ ਹੁੰਦੀ ਹੈ ਤੇ ਇੱਕੋ ਟੱਕ ਜਿਹੜੇ ਆ ਉਸ ਜਗ੍ਹਾ ਤੇ ਦੇਖਦੇ ਹੈ ਜਦੋਂ ਇਸ ਨੌਜਵਾਨ ਨੂੰ ਇਸ ਹਾਲਤ ਵਿੱਚ ਉੱਥੇ ਦੇਖਿਆ ਜਾਂਦਾ ਹੈ। ਦਰਅਸਲ ਤਸਵੀਰਾਂ ਅੰਮ੍ਰਿਤਸਰ ਦੇ ਵੇਰਕਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇਸ 18 ਸਾਲ ਦੇ ਮੁੰਡੇ ਦੀ ਡੈਡ ਬੋਡੀ ਮਿਲਦੀ ਹੈ। ਤੇਜ਼ ਧਾਰ ਹਥਿਆਰਾਂ ਦੇ ਨਾਲ ਨਿਸ਼ਾਨ ਵੀ ਜਿਹੜੇ ਆ ਲਗਾਏ ਗਏ ਸੀ ਇਸ ਮ੍ਰਿਤਕ ਦੇਹ ਦੇ ਉੱਤੇ। ਹਾਲਾਂਕਿ ਕਾਰਨ ਕੀ ਹੈ, ਕਿਵੇਂ ਮੌਤ ਇਸ ਨੌਜਵਾਨ ਦੀ ਹੋਈ ਹੈ, ਅਜੇ ਇਸ ਬਾਬਤ ਕਿਸੇ ਦੇ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ। ਸੋ ਪਰਿਵਾਰ ਇਸ ਵਕਤ ਡੂੰਘੇ ਸਦਮੇ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਉਹਨਾਂ ਦਾ ਪੁੱਤ ਮਹਿਜ 18 ਸਾਲ ਦੀ ਉਮਰ ਦੇ ਵਿੱਚ ਜਹਾਨੋਂ ਤੁਰ ਗਿਆ, ਹਮੇਸ਼ਾ ਦੇ ਲਈ ਉਹਨਾਂ ਨੂੰ ਵਿਛੋੜਾ ਦੇ ਗਿਆ। ਇੱਕ ਵਾਰ ਤਸਵੀਰਾਂ ਦਾ ਰੁਖ ਕਰਦੇ ਆ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ। ਕੈਮਰੇ ਜਾ ਕੇ ਖਲੋਣੇ ਉੱਥੇ ਲੱਗੀ ਜਾਣਾ ਪਤਾ ਕਿੰਨਾ ਨਾਲ 8:30 ਵਜੇ ਨਿਕਲਿਆ ਸੀ। ਹੈਲੋ ਹਾਂਜੀ, ਕੈਮਰੇ ਕੁਮਰੇ ਸਾਰੇ ਚੈੱਕ ਕਰਵਾ ਕੇ ਹੈ। ਮੇਰਾ ਨਾਮ ਅਜੇ ਕੁਮਾਰ ਜੀ, ਮੈਂ ਇੱਥੋਂ ਵਾਰਡ ਇੰਚਾਰਜ ਸਰਕਲ ਇੰਚਾਰਜ ਆਮ ਆਦਮੀ ਪਾਰਟੀ ਤੋਂ ਜੀ। ਮਾਮਲਾ ਹੈ ਜੀ, ਮੈਨੂੰ ਹੁਣ ਪਤਾ ਲੱਗਾ ਵਾ ਵੀ ਇਸ ਤਰ੍ਹਾਂ ਕਿਸੇ ਦੇ ਮਤਲਬ ਡੈਥ ਹੋਈ ਆ ਅਤੇ ਮੈਂ ਦੇਖਣਾ ਆ ਅਤੇ ਜੋ ਵੇਖਣ ਨੂੰ ਲੱਗਾ ਇਹ ਡੈਥ ਕੀਤੀ ਗਈ ਲੱਗਦੀ ਹੈ। ਹਾਂ, ਇਹ ਨਾ ਇਹ ਕਿ ਜਿਵੇਂ ਕਿਸੇ ਨੇ ਮਾਰ ਕੇ ਸੁੱਟਿਆ ਇੱਥੇ। ਕਿਹੜਾ ਇਲਾਕਾ ਹੈਗਾ ਜੀ ਵੇਰਕੇ ਦਾ, ਕਿਹੜਾ ਇਲਾਕੇ ਦੇ ਵਿੱਚ? ਇਹ ਵੇਰਕਾ ਪੱਤੀ ਬੱਗੇ ਵਾਲੀ ਤੋਂ ਬੇਟਾ ਜਿਹੜਾ ਇਹਨਾਂ ਦਾ ਮੇਛੀ ਦਾ ਬੱਗੇ ਵਾਲੀ ਵਾਦੀ ਆ। ਕਿੰਨੀ ਉਮਰ ਸੀ ਜੀ ਮੁੰਡੇ ਦੀ? ਇਹਦੇ 18 ਸਾਲ ਦੇ ਕਰੀਬ ਹੋਣਾ ਵਾ ਅਤੇ ਮੈਨੂੰ ਤਾਂ ਵੇਖੇ ਨੇ ਬੜੀ ਦਿਨ ਹੋ ਗਏ, ਪਤਾ ਨਹੀਂ ਇਹਨਾਂ ਕੋਲ ਰਿਸ਼ਤੇ ਰੁਸ਼ਤੇਦਾਰਾਂ ਕੋਲ ਵਿਚਾਰਿਆਂ ਘੱਲਿਆ ਸੀ। ਹੁਣ ਕੀ ਮਾਂ ਕੀ ਕਰਦੇ ਜੀ? ਨਹੀਂ ਦੇਖੋ ਜੀ, ਇਹ ਸਰਕਾਰ ਪੂਰੀ ਇਹਦੇ 'ਤੇ ਧਿਆਨ ਦਵਾਵਾਂਗੇ, ਅਸੀਂ ਕਰਾਂਗੇ ਬੇਨਤੀ MLA ਸਾਹਿਬ ਹੋਣਾ ਨੂੰ। ਸਰ ਜਿਹੜਾ ਵੀ ਦੋਸ਼ੀ ਹੋਏਗਾ? ਹਾਂ ਹਾਂ, ਜਿਹੜਾ ਜਿਹੜਾ ਦੋਸ਼ੀ ਹੋਵੇਗਾ ਉਹਦੇ 'ਤੇ ਕਾਰਵਾਈ ਕਰਵਾਵਾਂਗੇ ਜੀ। ਰਾਤ ਦਾ ਮਾਮਲਾ ਜੀ, ਲੜਕੇ ਨੂੰ ਵੇਰਕੇ ਦਾ ਲੜਕਾ ਵਾ, ਕਿਰਚਾਂ ਕਰਚਾਂ ਵਗੈਰਾ ਮਾਰੀਆਂ ਉਹਨੂੰ ਅਤੇ ਸਵੇਰੇ ਹੀ ਪਤਾ ਲੱਗਾ ਵਾ। ਖਾਸ ਕਰਕੇ MLA ਸਾਹਿਬ ਨੂੰ ਵੀ ਦੱਸਿਆ ਗਿਆ ਵਾ, DSP ਸਾਹਿਬ ਆਪ ਆਏ ਆ, ਜਿੰਨੇ ਵੀ ਇੱਥੇ ਜੋ ਵੀ ਬਣਦਾ ਉਹ ਕਾਰਵਾਈ ਪੂਰੀ ਕੀਤੀ ਜਾਵੇਗੀ ਵਧੀਆ ਤਰੀਕੇ ਨਾਲ। DSP ਸਰ ਆਪ ਆ ਗਏ, SHO ਸਾਰੀ ਪੁਲਿਸ ਫੋਰਸ,
ਪਰਿਵਾਰ ਮੈਂਬਰ ਵੱਲੋਂ ਕਿਹਾ ਕਿ ਦੋ ਤਿੰਨ ਬੰਦੇ ਦਾ ਨਾਮ ਵੀ ਲਿੱਤੇ ਗਏ। ਵੇਖੋ ਜੀ, ਜੇ ਲਿੱਤੇ ਗਏ ਆ ਤਾਂ ਪੂਰੀ ਕਾਰਵਾਈ ਕੀਤੀ ਜਾਵੇਗੀ। ਜਿਹੜੇ ਵੀ ਜੋ ਵੀ ਕੁਛ ਆਪਣੇ ਪੁਲਿਸ ਮਹਿਕਮੇ ਵੱਲੋਂ ਵੀ ਸਾਰੇ ਬੰਨੇ ਪਾਉਣ ਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਤੋਂ ਜਲਦ ਇਨਸਾਫ਼ ਮਿਲੂਗਾ ਜੀ। ਜੀ ਹਾਂਜੀ, ਕੀ ਗੱਲ ਹੋਈ ਹੈ ਜੀ? ਗੱਲ ਦਾ ਤਾਂ ਪਤਾ ਨਹੀਂ ਜੀ, 8:30 ਵਜੇ ਰੋਟੀ ਖਾ ਕੇ ਅਤੇ ਮੁੜ ਕੇ ਬਾਹਰ ਨੂੰ ਆ ਗਿਆ ਅਤੇ ਪਤਾ ਨਹੀਂ ਆ ਹੁਣ ਵੱਖਾ ਤੁਹਾਡੇ ਸਾਹਮਣੇ ਹੀ ਹੁਣ ਕਿੱਥੇ ਰਹਿੰਦਾ ਸੀ, ਕਿੰਨੀ ਉਮਰ ਸੀ ਮੁੰਡੇ? ਇਹਦੀ 18 ਸਾਲ ਅਤੇ 3 ਮਹੀਨੇ ਦਾ ਜੀ। ਅੱਛਾ ਜੀ, ਹਾਂਜੀ। ਪੁਰਾਣੀ ਰੇਂਜਿਸ ਵਗੈਰਾ ਦੇ ਨਹੀਂ ਨਹੀਂ ਰੰਜਰ ਰੁੰਜਰ ਤਾਂ ਕੋਈ ਨਹੀਂ, ਮੁੰਡੇ ਜਿੱਦਾਂ ਲੜ ਪੈਂਦੇ ਹੋਏ ਲੜ ਪੈਂਦਾ। ਤੁਹਾਨੂੰ ਕਿਸ ਨੇ ਭਾਈ ਪਤਾ ਲੱਗਾ ਕਿ ਇੱਦਾਂ ਦੀ? ਇਹ ਹੁਣ ਗੁਰਦੁਆਰੇ ਅਨਾਊਂਸਮੈਂਟ ਹੋਈ ਸੀ ਅਤੇ ਕਹਿੰਦੇ ਵੀ ਸਾਡਾ ਮੁੰਡਾ ਰਾਤ ਦਾ ਨਹੀਂ ਆਇਆ। ਮੈਂ ਤਾਂ ਆਹ ਵੇਖਣਾ ਗਏ ਦੋਵੇਂ ਭਰਾ, ਅਸੀਂ ਕਿਹਾ ਵੀ ਸਾਡਾ ਮੁੰਡਾ ਜੀ ਰਾਤ ਦਾ ਹੈ, ਵੇਖ ਕੇ ਆਈਏ। ਅਤੇ ਮੈਂ ਤਾਂ ਆਉਂਦਿਆਂ ਪਛਾਣ ਲਿਆ ਮੈਂ ਵੀ ਜਦੋਂ ਬੰਦਾ ਤਾਂ ਆਪਣਾ ਹੀ ਹੈ। ਸ਼ਮਸ਼ਾਨ ਘਾਟ ਦੇ ਹੱਡੋ ਰੋੜੇ ਲਾਗੇ ਪਈ ਹੈ, ਮੌਕੇ ਤੇ ਪੁੱਜੇ ਆ, FSL ਟੀਮ ਬੁਲਾਈ ਹੈ। ਜੋ ਵੀ ਸਰਕਮਸਟਾਂਸ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਅਸੀਂ ਜਾਂਚ ਸ਼ੁਰੂ ਕਰ ਦਿੱਤੀ। ਮੁੰਡੇ ਦੀ ਉਮਰ ਕੋਈ ਕਰੀਬ 18 ਸਾਲ ਹੈਗੀ ਹੈ। ਕੋਈ ਗੱਲ ਨਹੀਂ, ਉਹਦੇ ਬਾਰੇ ਚੱਲਾਂਗੇ, ਜੋ ਨੈਕਸਟ ਸਟੈਪ ਸਾਡੇ ਸਾਹਮਣੇ ਆਊਗੇ ਉਹਦੇ ਅਕੋਰਡਿੰਗ ਕਾਰਵਾਈ ਹੋਊਗੀ।